ਹੈਲੋ ਗਾਈਜ਼, ਵੈਲਕਮ ਬੈਕ ਟੂ ਅਵਰ ਯੂਟਿਊਬ ਚੈਨਲ। ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਗਾਈਜ਼, ਅੱਜ ਸਾਡੇ ਮੰਮਾ ਬਣਾਉਣ ਜਾ ਰਹੇ ਨੇ ਸਾਊਥ ਇੰਡੀਅਨ ਡਿਸ਼, ਜੋ ਕਿ ਹੈ ਟਮੈਟੋ ਰਸਮ। ਉਹਦੇ ਲਈ ਸਾਨੂੰ ਜੋ ਜੋ ਸਮਾਨ ਚਾਹੀਦਾ ਸੀ ਅਸੀਂ ਕੱਢ ਲਿਆ। ਕੜੀ ਪੱਤਾ, ਛੋਲਿਆਂ ਦੀ ਦਾਲ, ਅਰਹਰ ਦੀ ਦਾਲ, ਸੁੱਕੀਆਂ ਲਾਲ ਮਿਰਚਾਂ, ਮੇਥੀ ਦਾਣਾ, ਹਿੰਗ, ਸੁੱਕਾ ਧਨੀਆ, ਜੀਰਾ, ਕਾਲੀ ਮਿਰਚ ਅਤੇ ਨਾਰੀਅਲ ਦਾ ਬੁਰਦਾ। ਇਹ ਸਾਰਾ ਸਮਾਨ ਅਸੀਂ ਇਹਦੇ ਵਿੱਚ ਯੂਜ਼ ਕਰਨਾ। ਸੋ ਚਲੋ ਵੀਡੀਓ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸੁੱਕੇ ਧਨੀਏ ਨੂੰ ਤਵੇ ਦੇ ਉੱਤੇ ਹਲਕਾ ਹਲਕਾ ਰੋਸਟ ਕਰਨਾ ਹੈ। ਜਦ ਤੱਕ ਇਹਦਾ ਫਲੇਵਰ ਔਰ ਖੁਸ਼ਬੂ ਆਉਣੀ ਸ਼ੁਰੂ ਹੋ ਜਾਵੇ ਤਦ ਤੱਕ ਇਹਨੂੰ ਰੋਸਟ ਕਰਨਾ ਹੈ। ਅਤੇ ਇੱਥੇ ਸਾਡਾ ਸੁੱਕਾ ਧਨੀਆ ਰੋਸਟ ਹੋ ਚੁੱਕਿਆ ਹੈ ਗਾਈਜ਼। ਉਸ ਤੋਂ ਬਾਅਦ ਅਸੀਂ ਕਾਲੇ ਮਿਰਚ ਨੂੰ ਰੋਸਟ ਕਰਾਂਗੇ। ਸਾਰੇ ਮਸਾਲਿਆਂ ਨੂੰ ਅਸੀਂ ਇਸੇ ਤਰੀਕੇ ਰੋਸਟ ਕਰਨਾ ਹੈ ਤਾਂ ਕਿ ਇਹ ਥੋੜ੍ਹੇ ਜਿਹੇ ਭੁੱਲ ਜਾਣ। ਅਤੇ ਉਸ ਤੋਂ ਬਾਅਦ ਅਸੀਂ ਇਹਦਾ ਮਸਾਲਾ ਬਣਾਵਾਂਗੇ। ਅਤੇ ਸਾਡੀ ਕਾਲੀ ਮਿਰਚ ਵੀ ਰੋਸਟ ਹੋ ਗਈ ਹੈ। ਜੀਰੇ ਨੂੰ ਵੀ ਆਪਾਂ ਹਲਕਾ ਹਲਕਾ ਹੀ ਰੋਸਟ ਕਰਨਾ ਹੈ ਅਤੇ ਇਹਨੂੰ ਵੀ ਰੋਸਟ ਕਰਕੇ ਅਸੀਂ ਹੁਣ ਕੱਢ ਲਿਆ ਹੈ। ਅਤੇ ਉਸ ਤੋਂ ਬਾਅਦ ਮੇਥੀ ਦਾਣੇ ਨੂੰ ਅਸੀਂ ਥੋੜ੍ਹਾ ਜਿਹਾ 10 ਕੁ ਸੈਕਿੰਡ ਵੱਧ ਭੁੰਨਣਾ ਹੈ ਤਾਂ ਕਿ ਇਹਦਾ ਜਦੋਂ ਤੱਕ ਕਲਰ ਨਹੀਂ ਚੇਂਜ ਹੋ ਜਾਂਦਾ। ਸੋ ਜਦੋਂ ਇਹਦਾ ਕਲਰ ਚੇਂਜ ਹੋ ਜਾਏਗਾ ਫਿਰ ਇਹਨੂੰ ਵੀ ਅਸੀਂ ਉਤਾਰ ਲਾਂਗੇ। ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਚੇਂਜ ਹੋ ਚੁੱਕਿਆ ਹੈ। ਹੁਣ ਅਸੀਂ ਜਿਹੜੀਆਂ ਸੁੱਕੀਆਂ ਲਾਲ ਮਿਰਚਾਂ, 7-8 ਮਿਰਚਾਂ ਅਸੀਂ ਲਈਆਂ ਨੇ। ਤੁਸੀਂ ਆਪਣੇ ਸਵਾਦ ਅਨੁਸਾਰ, ਜੇ ਤੁਸੀਂ ਘੱਟ ਮਿਰਚਾਂ ਖਾਣਾ ਪਸੰਦ ਕਰਦੇ ਤਾਂ ਘੱਟ ਵੀ ਯੂਜ਼ ਕਰ ਸਕਦੇ ਹੋ। ਉਹਨਾਂ ਨੂੰ ਵੀ ਅਸੀਂ ਭੁੰਨ ਲਿਆ। ਅਤੇ ਹੁਣ ਅਸੀਂ ਕੜੀ ਲੀਵਸ ਨੂੰ ਵੀ ਇਸੇ ਤਰੀਕੇ, ਅਸੀਂ ਤਵੇ 'ਤੇ ਕੋਈ ਵੀ ਆਇਲ ਵਗੈਰਾ ਨਹੀਂ ਪਾਉਣਾ। ਬਿਲਕੁਲ ਮਤਲਬ ਸਾਫ਼ ਤਵਾ ਹੋਣਾ ਚਾਹੀਦਾ, ਉਹਦੇ ਉੱਤੇ ਹੀ ਇਸ ਤਰ੍ਹਾਂ ਭੁੰਨਣਾ ਵਾ। ਕੜੀ ਪੱਤਾ ਅਤੇ ਨਾਲ ਨਾਰੀਅਲ ਦਾ ਬਰੂਦਾ ਵੀ ਭੁੰਨ ਲਿਆ, ਉਹਦਾ ਵੀ ਕਲਰ ਚੇਂਜ ਹੋ ਗਿਆ। ਹੁਣ ਸਾਰੇ ਮਸਾਲੇ ਅਸੀਂ ਚੰਗੀ ਤਰ੍ਹਾਂ ਭੁੰਨ ਲੈਣੇ ਅਤੇ ਇਹਨਾਂ ਨੂੰ ਇਕੱਠਾ ਕਰ ਲੈਂਦੇ ਹਾਂ ਇੱਕ ਪਲੇਟ ਵਿੱਚ। ਉਸ ਤੋਂ ਬਾਅਦ ਗਾਈਜ਼, 1 ਟੇਬਲ ਸਪੂਨ ਤੇਲ ਪੈਨ ਵਿੱਚ ਐਡ ਕਰਾਂਗੇ। ਅਤੇ ਉਹਦੇ ਵਿੱਚ 3 ਚਮਚ ਅਸੀਂ ਅਰਹਰ ਦੀ ਦਾਲ ਐਡ ਕੀਤੀ ਹੈ ਅਤੇ 2 ਚਮਚ ਛੋਲਿਆਂ ਦੀ ਦਾਲ ਐਡ ਕੀਤੀ। ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਆਇਲ ਵਿੱਚ ਭੁੰਨਣਾ ਜਦੋਂ ਤੱਕ ਇਹਦਾ ਕਲਰ ਨਹੀਂ ਚੇਂਜ ਹੋ ਜਾਂਦਾ ਹੈ। ਸੋ ਇੱਥੇ ਸਾਡੀ ਦਾਲ ਚੰਗੀ ਤਰ੍ਹਾਂ ਭੁੰਨੀ ਗਈ ਹੈ ਅਤੇ ਇਹਨੂੰ ਵੀ ਅਸੀਂ ਉਤਾਰ ਲੈਂਦੇ ਹਾਂ ਤਵੇ ਵਿੱਚੋਂ। ਗਾਈਜ਼, ਇਸੇ ਤਰੀਕੇ ਅਸੀਂ ਸਾਰੇ ਮਸਾਲਿਆਂ ਨੂੰ ਰੋਸਟ ਕਰਨਾ। ਪਹਿਲਾਂ ਸਾਰੇ ਮਸਾਲਿਆਂ ਨੂੰ ਸੁੱਕਾ ਹੀ ਰੋਸਟ ਕਰਨਾ। ਜਿਹੜੀ ਅਸੀਂ ਦਾਲਾਂ ਦੋਨੋਂ ਭੁੰਨੀਆਂ ਨੇ ਨਾ, ਉਹਨਾਂ ਨੂੰ ਅਸੀਂ 1 ਚਮਚ ਆਇਲ ਵਿੱਚ ਯੂਜ਼ ਕਰਨਾ ਹੈ। ਉਸ ਤੋਂ ਵੱਧ ਆਇਲ ਵਿੱਚ ਨਹੀਂ ਆਪਾਂ ਕਰਨਾ ਉਹਨੂੰ ਫਰਾਈ। ਸੋ ਇੱਥੇ ਸਾਡੇ ਸਾਰੇ ਮਸਾਲੇ ਠੰਡੇ ਹੋ ਚੁੱਕੇ ਨੇ। ਅਸੀਂ ਰੱਖੇ ਸੀ ਠੰਡੇ ਹੋਣ ਲਈ 5-10 ਮਿੰਟ ਲਈ। ਉਸ ਤੋਂ ਬਾਅਦ ਇਹਨੂੰ ਅਸੀਂ ਮਿਕਸੀ ਗ੍ਰਾਈਂਡ ਵਿੱਚ ਪਾ ਕੇ ਅਤੇ ਚੰਗੀ ਤਰ੍ਹਾਂ ਇਹਨੂੰ ਪੀਸ ਕੇ ਅਤੇ ਇਹਦਾ ਮਸਾਲਾ ਰੈਡੀ ਕਰਾਂਗੇ। ਗਾਈਜ਼, ਇਸ ਤਰੀਕੇ ਦਾ ਮਸਾਲਾ ਟਮੈਟੋ ਰਸਮ ਵਿੱਚ ਅਸੀਂ ਐਡ ਕਰਨਾ, ਬਹੁਤ ਜ਼ਿਆਦਾ ਸਵਾਦ ਲੱਗਦਾ। ਗਾਈਜ਼, ਇਹ ਅਸੀਂ ਘਰ ਹੀ ਮਸਾਲਾ ਰੈਡੀ ਕਰ ਰਹੇ। ਬਾਜ਼ਾਰੋਂ ਵੀ ਮਸਾਲਾ ਮਿਲ ਜਾਂਦਾ ਬਟ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਡ ਨਹੀਂ ਹੁੰਦੀਆਂ ਇਸ ਤਰੀਕੇ ਨਾਲ। ਸੋ ਇਸ ਤਰੀਕੇ ਨਾਲ ਅਸੀਂ ਘਰ ਵਧੀਆ ਤਰੀਕੇ ਮਸਾਲਾ ਬਣਾ ਕੇ ਰੈਡੀ ਕਰ ਸਕਦੇ ਹਾਂ। ਹੁਣ ਉੱਤੋਂ ਇਹਦੇ ਵਿੱਚ ਅਸੀਂ 1 ਟੇਬਲ ਸਪੂਨ ਹਿੰਗ ਐਡ ਕੀਤੀ ਹੈ, 1/2 ਟੇਬਲ ਸਪੂਨ ਹਲਦੀ ਐਡ ਕੀਤੀ ਅਤੇ ਨਾਲ ਹੀ 1/2 ਟੇਬਲ ਸਪੂਨ ਅਸੀਂ ਦਰਫੜ ਵਾਲੀ ਲਾਲ ਮਿਰਚ ਐਡ ਕਰਤੀ ਹੈ। ਤੁਸੀਂ ਸਵਾਦ ਅਨੁਸਾਰ ਆਪਣੇ ਕਰ ਸਕਦੇ ਹੋ। ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਪੀਸ ਲੈਂਦੇ ਹਾਂ। ਗਾਈਜ਼, ਹਲੇ ਸਿਰਫ ਅਸੀਂ ਸੁੱਕੇ ਮਸਾਲਿਆਂ ਨੂੰ ਹੀ ਪੀਸਿਆ ਸੀ, ਉਹਨਾਂ ਨੂੰ ਅਸੀਂ ਮਿਕਸੀ ਜਾਰ ਵਿੱਚੋਂ ਕੱਢ ਲਿਆ। ਹੁਣ ਜਿਹੜੀਆਂ ਅਸੀਂ 2 ਦਾਲਾਂ ਭੁੰਨੀਆਂ ਸੀਗੀਆਂ, ਛੋਲਿਆਂ ਦੀ ਅਤੇ ਅਰਹਰ ਦੀ ਦਾਲ ਨੂੰ ਭੁੰਨਿਆ ਸੀ, ਹੁਣ ਉਹ ਐਡ ਕਰਕੇ ਅਤੇ ਉਹਨੂੰ ਵੀ ਚੰਗੀ ਤਰ੍ਹਾਂ ਪੀਸਾਂਗੇ ਅਤੇ ਉਹਦਾ ਵੀ ਪਾਊਡਰ ਬਣਾ ਕੇ ਰੈਡੀ ਕਰਾਂਗੇ। ਇਹਦਾ ਟੇਸਟ ਟਮੈਟੋ ਰਸਮ ਵਿੱਚ ਬਹੁਤ ਅੱਛਾ ਆਉਂਦਾ ਹੈ। ਸੋ ਗਾਈਜ਼, ਇੱਥੇ ਜਿਹੜੀ ਅਸੀਂ ਦਾਲ ਭੁੰਨੀ ਸੀ ਔਰ ਸੁੱਕੇ ਮਸਾਲੇ ਭੁੰਨੇ ਸੀ, ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਮਿਕਸੀ ਜਾਰ ਵਿੱਚ ਦੋਨੋਂ ਪਾਊਡਰ ਨੂੰ ਮਿਕਸ ਕਰਕੇ ਅਤੇ ਹੁਣ ਇੱਕ ਵਾਰੀ ਫਿਰ ਇਹਨੂੰ ਮਿਕਸੀ ਜਾਰ ਵਿੱਚ ਘੁਮਾਉਣਾ ਤਾਂ ਕਿ ਦੋਨੋਂ ਪਾਊਡਰ ਚੰਗੀ ਤਰ੍ਹਾਂ ਆਪਸ 'ਚ ਮਿਲ ਜਾਣ ਅਤੇ ਸਾਡਾ ਇੱਥੇ ਟਮੈਟੋ ਰਸਮ ਦਾ ਮਸਾਲਾ ਘਰ ਬਣ ਕੇ ਰੈਡੀ ਹੋ ਚੁੱਕਿਆ। ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਆਇਆ ਹੈ। ਔਰ ਜਿਹੜੀ ਇਹਦੇ ਵਿੱਚ ਖੁਸ਼ਬੂ ਆ ਰਹੀ ਸੀ ਨਾ ਗਾਈਜ਼, ਉਹ ਵੀ ਬਹੁਤ ਜ਼ਿਆਦਾ ਅੱਛੀ ਆ ਰਹੀ ਸੀ। ਜਦੋਂ ਤੁਸੀਂ ਇਹਨੂੰ ਟਮੈਟੋ ਰਸਮ ਵਿੱਚ ਐਡ ਕਰੋਗੇ ਨਾ ਤਾਂ ਤੁਹਾਡਾ ਟਮੈਟੋ ਰਸਮ ਬਹੁਤ ਜ਼ਿਆਦਾ ਟੇਸਟੀ ਬਣੇਗਾ। ਸੋ ਇਹਨੂੰ ਅਸੀਂ ਹੁਣ ਕੱਢ ਕੇ ਰੱਖ ਲੈਂਦੇ ਹਾਂ। ਤੁਸੀਂ ਇਹਨੂੰ ਸਟੋਰ ਵੀ ਕਰ ਸਕਦੇ ਹੋ। ਹੁਣ ਅਸੀਂ ਰਸਮ ਬਣਾਉਣ ਦੀ ਤਿਆਰੀ। ਸੋ ਗਾਈਜ਼, ਸਭ ਤੋਂ ਪਹਿਲਾਂ ਹੁਣ ਅਸੀਂ ਟਮਾਟਰਾਂ ਨੂੰ ਭੁੰਨਾਂਗੇ। ਇਸ ਤਰੀਕੇ ਤੁਸੀਂ ਸਟੈਂਡ ਗੈਸ ਦੇ ਉੱਪਰ ਰੱਖ ਕੇ ਅਤੇ ਟਮਾਟਰ ਭੁੰਨ ਸਕਦੇ ਹੋ। ਅਸੀਂ ਇੱਥੇ 5 ਟਮਾਟਰ ਵੱਡੇ ਵੱਡੇ ਯੂਜ਼ ਕੀਤੇ ਆ। ਅਗਰ ਤੁਹਾਡੇ ਕੋਲ ਛੋਟੇ ਟਮਾਟਰ ਹੈ ਤਾਂ ਤੁਸੀਂ 6-7 ਵੀ ਯੂਜ਼ ਕਰ ਸਕਦੇ ਹੋ। ਫਿਰ ਜਦੋਂ ਸਾਡੇ ਟਮਾਟਰ ਚੰਗੀ ਤਰ੍ਹਾਂ ਭੁੰਨ ਜਾਣਗੇ ਨਾ ਗਾਈਜ਼, ਉਸ ਤੋਂ ਬਾਅਦ ਅਸੀਂ ਇਸੇ ਤਰੀਕੇ ਨਾਲ ਲਸਣ ਵੀ ਭੁੰਨਣਾ। ਲਸਣ ਦਾ ਸਵਾਦ ਵੀ ਬਹੁਤ ਜ਼ਿਆਦਾ ਅੱਛਾ ਆਉਂਦਾ ਹੈ। ਸੋ ਇੱਥੇ ਸਾਡੇ ਟਮਾਟਰ ਭੁੱਜ ਚੁੱਕੇ ਨੇ, ਇਹਨਾਂ ਨੂੰ ਅਸੀਂ ਉਤਾਰ ਲੈਂਦੇ ਹਾਂ। ਗਾਈਜ਼, ਹੱਥ ਨਾਲ ਨਹੀਂ ਉਤਾਰਨਾ ਬਿਲਕੁਲ ਵੀ, ਨਹੀਂ ਤਾਂ ਹੱਥ ਟਮਾਟਰ ਗਰਮ ਹੁੰਦੇ, ਹੱਥ ਸੜ ਸਕਦੇ ਆ। ਅਤੇ ਤੁਸੀਂ ਇਸ ਤਰੀਕੇ ਚਿਮਟੇ ਦੀ ਮਦਦ ਨਾਲ ਟਮਾਟਰਾਂ ਨੂੰ ਉਤਾਰ ਸਕਦੇ ਹੋ। ਇੱਥੇ ਹੁਣ ਅਸੀਂ ਸਾਰੇ ਟਮਾਟਰ ਉਤਾਰ ਲਏ ਆ। ਹੁਣ ਅਸੀਂ ਭੁੰਨਾਂਗੇ ਲਸਣ। ਗਾਈਜ਼, ਜਿਹੜੇ ਟਮਾਟਰ ਆ ਨਾ, ਮੇਨ ਚੀਜ਼ ਹੀ ਟਮੈਟੋ ਰਸਮ ਵਿੱਚ ਇਹੀ ਆ। ਇਹਦਾ ਹੀ ਬਹੁਤ ਜ਼ਿਆਦਾ ਅੱਛਾ ਸਵਾਦ ਆਉਂਦਾ ਹੈ। ਔਰ ਰਸਮ ਜ਼ਿਆਦਾਤਰ ਸਾਊਥ ਇੰਡੀਅਨ ਡਿਸ਼ ਹੈਗੀ,
ਤੁਹਾਨੂੰ ਪਤਾ ਹੀ ਹੈ ਜ਼ਿਆਦਾਤਰ ਉਹ ਲੋਕ ਫੈਸਟੀਵਲਸ ਵਗੈਰਾ 'ਚ ਬਣਾਉਂਦੇ ਨੇ, ਉਹਨੂੰ ਅਸੀਂ ਵੜੇ ਨਾਲ, ਇਡਲੀ ਨਾਲ ਵੀ ਖਾ ਸਕਦੇ ਹਾਂ ਅਤੇ ਚਾਹੋ ਤਾਂ ਰਾਈਸ ਨਾਲ ਵੀ ਖਾ ਸਕਦੇ ਹਾਂ। ਬਹੁਤ ਜ਼ਿਆਦਾ ਸਵਾਦ ਹੁੰਦਾ ਹੈ, ਔਰ ਜਿਹਨੂੰ ਬਹੁਤ ਜ਼ਿਆਦਾ ਖਾਂਸੀ ਜ਼ੁਕਾਮ ਹੋਇਆ ਹੁੰਦਾ ਹੈ ਨਾ, ਗਲਾ ਖਰਾਬ ਹੋਇਆ ਹੁੰਦਾ ਹੈ, ਪੇਟ ਲਈ ਵੀ ਬਹੁਤ ਜ਼ਿਆਦਾ ਅੱਛਾ ਹੁੰਦਾ ਔਰ ਖਾਂਸੀ ਜ਼ੁਕਾਮ ਲਈ ਵੀ ਬਹੁਤ ਜ਼ਿਆਦਾ ਅੱਛਾ ਹੁੰਦਾ ਹੈ। ਜਦੋਂ ਅਸੀਂ ਰਸਮ ਪੀਂਦੇ ਹਾਂ ਤਾਂ ਸਾਡੇ ਮਤਲਬ ਅੰਦਰ ਦੀਆਂ ਸਾਰੀਆਂ ਬਿਮਾਰੀਆਂ ਜਲਦੀ ਤੋਂ ਜਲਦੀ ਦੂਰ ਹੁੰਦੀਆਂ ਨੇ। ਸੋ ਇਸ ਤਰੀਕੇ ਤੁਸੀਂ ਘਰ ਰਸਮ, ਜਦੋਂ ਤੁਹਾਡਾ ਕੁਛ ਬਿਮਾਰ ਹੋਵੋ, ਕੁਛ ਵਧੀਆ ਕਰਾਰਾ ਖਾਣ ਨੂੰ ਦਿਲ ਕਰੇ, ਤਾਂ ਇਸ ਤਰੀਕੇ ਦਾ ਤੁਸੀਂ ਰਸਮ ਬਣਾ ਕੇ ਰੈਡੀ ਕਰ ਸਕਦੇ ਹੋ। ਇੱਥੇ ਹੁਣ ਅਸੀਂ ਸਾਰੇ ਟਮਾਟਰਾਂ ਨੂੰ ਛਿੱਲ ਲੈਂਦੇ ਹਾਂ ਅਤੇ ਇੱਕ ਇੱਕ ਕਰਕੇ ਅਤੇ ਪਲੇਟ ਵਿੱਚ ਰਸਮ ਬਿਲਕੁਲ ਵੇਖਣ 'ਚ ਤਾਂ ਸਾਂਬਰ ਵਰਗਾ ਹੀ ਲੱਗਦਾ, ਲੇਕਿਨ ਦੋਨਾਂ ਦਾ ਟੇਸਟ ਬਹੁਤ ਜ਼ਿਆਦਾ ਅਲੱਗ ਹੁੰਦਾ ਹੈ ਗਾਈਜ਼। ਜਦੋਂ ਤੁਸੀਂ ਇਸ ਤਰੀਕੇ ਦਾ ਰਸਮ ਬਣਾ ਕੇ ਖਾਓਗੇ ਨਾ, ਤਾਂ ਤੁਸੀਂ ਸਾਂਬਰ ਵੀ ਖਾਣਾ ਭੁੱਲ ਜਾਓਗੇ, ਇੰਨਾ ਜ਼ਿਆਦਾ ਸਵਾਦ ਹੁੰਦਾ ਹੈ। ਸੋ ਹੁਣ ਅਸੀਂ ਸਾਰੇ ਟਮਾਟਰਾਂ ਨੂੰ ਜਦੋਂ ਇਸ ਤਰ੍ਹਾਂ ਛਿੱਲ ਲੈਣਾ ਹੈ ਨਾ, ਉਸ ਤੋਂ ਬਾਅਦ ਇਹਨੂੰ ਅਸੀਂ ਹੱਥ ਨਾਲ ਹੀ ਮੈਸ਼ ਕਰਨਾ ਹੈ। ਪਰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਟਮਾਟਰ ਸਾਡੇ ਠੰਡੇ ਹੋਣੇ ਚਾਹੀਦੇ, ਗਰਮ ਗਰਮ ਜੇ ਨਹੀਂ ਅਸੀਂ ਉਹਨਾਂ ਨੂੰ ਮੈਸ਼ ਕਰਨਾ, ਜਦੋਂ ਚੰਗੀ ਤਰ੍ਹਾਂ ਠੰਡੇ ਹੋ ਜਾਣਗੇ ਉਦੋਂ ਹੀ ਉਹਨਾਂ ਨੂੰ ਮੈਸ਼ ਕਰਨਾ ਹੈ। ਸੋ ਗਾਈਜ਼ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਇਸ ਤਰੀਕੇ ਦੀ ਸਾਊਥ ਇੰਡੀਅਨ ਡਿਸ਼, ਇੱਥੇ ਸਾਡੇ ਸਾਰੇ ਟਮਾਟਰ ਛਿੱਲੇ ਗਏ ਨੇ ਅਤੇ ਹੁਣ ਇਹਨਾਂ ਨੂੰ ਅਸੀਂ ਹੱਥ ਹਲਕੇ ਹੱਥਾਂ ਨਾਲ ਮੈਸ਼ ਕਰ ਲੈਂਦੇ ਹਾਂ ਚੰਗੀ ਤਰ੍ਹਾਂ। ਜਦੋਂ ਸਾਰੇ ਟਮਾਟਰ ਸਾਡੇ ਮੈਸ਼ ਹੋਏ, ਤੁਸੀਂ ਇਹਨਾਂ ਨੂੰ ਮਿਕਸੀ ਗ੍ਰਾਇੰਡ 'ਚ ਨਹੀਂ ਮੈਸ਼ ਕਰਨਾ, ਇਸ ਤਰ੍ਹਾਂ ਹੱਥ ਨਾਲ ਹੀ ਮੈਸ਼ ਕਰਨਾ ਹੈ, ਦਰਦਰਾ ਹੀ ਰੱਖਣਾ ਹੈ। ਉਸ ਤੋਂ ਬਾਅਦ ਹੁਣ ਅਸੀਂ ਕਰਦੇ ਹਾਂ ਰਸਮ ਦੇ ਤੜਕੇ ਦੀ ਤਿਆਰੀ। ਸੋ ਗਾਈਜ਼ ਇਹਦੇ ਵਿੱਚ ਮਿਕਸੀ ਜਾਰ ਵਿੱਚ ਅਸੀਂ ਕੁਛ ਧਨੀਏ ਦੇ ਪੱਤੇ, ਹਰਾ ਧਨੀਆ ਅਤੇ ਹਰੀਆਂ ਲਾਲ ਮਿਰਚਾਂ ਐਡ ਕਰਕੇ ਮਿਕਸ ਕਰਨੀਆਂ ਨੇ। ਹਰੀਆਂ ਲਾਲ ਮਿਰਚਾਂ ਅਸੀਂ ਇੱਥੇ 4-5 ਯੂਜ਼ ਕੀਤੀਆਂ ਨੇ, ਤੁਸੀਂ ਆਪਣੇ ਸਵਾਦ ਅਨੁਸਾਰ ਯੂਜ਼ ਕਰ ਸਕਦੇ ਹੋ, ਥੋੜ੍ਹੀਆਂ ਵੀ ਔਰ ਜ਼ਿਆਦਾ ਵੀ। ਨਾਲ ਹੀ ਅਸੀਂ ਇੱਥੇ 10-12 ਦਾਣੇ ਲਸਣ ਦੀਆਂ ਕਲੀਆਂ ਵੀ ਐਡ ਕੀਤੀਆਂ ਨੇ, ਇਹਦਾ ਵੀ ਫਲੇਵਰ ਬਹੁਤ ਜ਼ਿਆਦਾ ਅੱਛਾ ਹੁੰਦਾ ਹੈ ਤੜਕੇ ਵਿੱਚ। ਅਤੇ ਹੁਣ ਇਹਦੇ ਵਿੱਚ ਅਸੀਂ ਕੜੀ ਪੱਤਾ ਯੂਜ਼ ਕਰਨ ਜਾ ਰਹੇ ਹਾਂ। ਕੜੀ ਪੱਤਾ ਦੋਨਾਂ ਚੀਜ਼ਾਂ ਵਿੱਚ ਬਹੁਤ ਜ਼ਰੂਰੀ ਹੁੰਦਾ, ਸਾਂਬਰ ਵਿੱਚ ਵੀ ਔਰ ਰਸਮ ਵਿੱਚ ਵੀ। ਹੁਣ ਇਹਨੂੰ ਅਸੀਂ ਗ੍ਰਾਇੰਡ ਕਰ ਲੈਂਦੇ ਹਾਂ ਅਤੇ ਤੁਸੀਂ ਦੇਖ ਸਕਦੇ ਹੋ ਸਾਡਾ ਦਰਦਰਾ ਪੇਸਟ ਬਣ ਕੇ ਰੈਡੀ ਹੋ ਚੁੱਕਿਆ ਹੈ ਇੱਥੇ। ਅਤੇ ਇਸ ਪੇਸਟ ਨੂੰ ਅਸੀਂ ਹੁਣ ਤੜਕੇ ਵਿੱਚ ਐਡ ਕਰਨਾ ਹੈ। ਸੋ ਇਹਨੂੰ ਅਸੀਂ ਮਿਕਸੀ ਜਾਰ 'ਚ ਕੱਢ ਲੈਂਦੇ ਹਾਂ ਅਤੇ ਹੁਣ ਅਸੀਂ ਲਗਾਉਂਦੇ ਹਾਂ ਤੜਕਾ। ਪੈਨ ਸਾਡਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ, ਹੁਣ ਇਹਦੇ ਵਿੱਚ ਅਸੀਂ 3 ਟੇਬਲਸਪੂਨ ਓਇਲ ਐਡ ਕੀਤਾ। ਇਹਦੇ ਵਿੱਚ ਬਹੁਤ ਜ਼ਿਆਦਾ ਘੱਟ ਓਇਲ ਯੂਜ਼ ਕਰਦਾ ਹੁੰਦਾ ਹੈ। ਸੋ ਸਾਡਾ ਓਇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਏਗਾ, ਫਿਰ ਇਹਦੇ ਵਿੱਚ ਅਸੀਂ 1/2 ਟੇਬਲਸਪੂਨ ਰਾਈ ਐਡ ਕੀਤੀ। ਰਾਈ ਚੰਗੀ ਤਰ੍ਹਾਂ ਕਾਲੀ ਹੋਣ ਤੋਂ ਬਾਅਦ ਅਸੀਂ 4 ਸੁੱਕੀਆਂ ਲਾਲ ਮਿਰਚਾਂ ਐਡ ਕੀਤੀਆਂ ਨੇ ਗਾਈਜ਼। ਇਹਨਾਂ ਨੂੰ ਭੁੰਨਣ ਤੋਂ ਬਾਅਦ 7-8 ਅਸੀਂ ਕੜੀ ਲੀਵਸ ਐਡ ਕੀਤੀਆਂ ਨੇ। ਅਤੇ ਹੁਣ ਜਿਹੜੇ ਅਸੀਂ ਟਮਾਟਰ ਹੱਥ ਨਾਲ ਮੈਸ਼ ਕੀਤੇ ਸੀ ਨਾ, ਉਹਨਾਂ ਨੂੰ ਐਡ ਕਰ ਦੇਣਾ ਹੈ। ਅਤੇ ਐਡ ਕਰਨ ਤੋਂ ਬਾਅਦ ਇਹਨੂੰ ਅਸੀਂ 5-6 ਮਿੰਟ ਤੱਕ ਢੱਕ ਕੇ ਪਕਾਉਣਾ ਤਾਂ ਕਿ ਸਾਡੇ ਟਮਾਟਰ ਚੰਗੀ ਤਰ੍ਹਾਂ ਗਲ ਜਾਣ। ਉਸ ਤੋਂ ਬਾਅਦ ਹੀ ਇਹਦੇ ਵਿੱਚ ਅਸੀਂ ਸਪਾਈਸਿਸ ਐਡ ਕਰਾਂਗੇ। ਦੂਸਰੀ ਸਾਈਡ 'ਤੇ ਅਸੀਂ ਨਾ ਇਮਲੀ ਭਿਓ ਕੇ ਰੱਖ ਲਈਏ ਗਾਈਜ਼। ਇਹਦੇ ਵਿੱਚ ਇਮਲੀ ਪੈਣੀ ਬਹੁਤ ਜ਼ਰੂਰੀ ਹੁੰਦੀ ਹੈ, ਉਹਦਾ ਹੀ ਸਵਾਦ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ। ਸੋ ਸਾਂਬਰ 'ਚ ਵੀ ਇਮਲੀ ਪੈਂਦੀ, ਇਹਦੇ ਵਿੱਚ ਵੀ ਬਹੁਤ ਜ਼ਿਆਦਾ ਸਿਮਿਲਰ ਬਣਦਾ, ਲੇਕਿਨ ਟੇਸਟ ਬਹੁਤ ਜ਼ਿਆਦਾ ਫਰਕ ਹੁੰਦਾ ਦੋਨਾਂ ਦਾ। ਹੁਣ ਇੱਥੇ ਸਾਡੇ ਟਮਾਟਰ ਚੰਗੀ ਤਰ੍ਹਾਂ ਗਲ ਚੁੱਕੇ ਨੇ ਅਤੇ ਇਹਦੇ ਵਿੱਚ ਅਸੀਂ 1/2 ਟੇਬਲਸਪੂਨ ਹਲਦੀ, 1 ਟੇਬਲਸਪੂਨ ਨਮਕ, 1 ਟੇਬਲਸਪੂਨ ਕਸ਼ਮੀਰੀ ਟੇਗੀ ਲਾਲ ਮਿਰਚ ਐਡ ਕੀਤੀ ਹੈ। ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਮਸਾਲਿਆਂ ਨੂੰ ਟਮਾਟਰ ਦੇ ਨਾਲ ਭੁੰਨਾਂਗੇ ਗਾਈਜ਼। ਇਹਦੇ ਵਿੱਚ ਸਾਨੂੰ ਪਿਆਜ਼ ਵਗੈਰਾ ਯੂਜ਼ ਕਰਨ ਦੀ ਲੋੜ ਨਹੀਂ ਪੈਂਦੀ, ਖਾਲੀ ਟਮਾਟਰਾਂ ਦਾ ਹੀ ਤੜਕਾ ਲੱਗਦਾ ਹੈ। ਹੁਣ ਇਹਦੇ ਵਿੱਚ ਅਸੀਂ 1 ਟੇਬਲਸਪੂਨ ਕਾਲੀ ਮਿਰਚ ਵੀ ਐਡ ਕੀਤੀ ਹੈ। ਸੋ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਭੁੰਨ ਲੈਂਦੇ ਹਾਂ। ਉਸ ਤੋਂ ਬਾਅਦ ਅਸੀਂ ਇਹਦੇ ਉੱਤੋਂ ਐਡ ਕਰਾਂਗੇ ਧਨੀਆ ਲਸਣ ਮਿਰਚਾਂ ਦਾ, ਜਿਹੜਾ ਅਸੀਂ ਮਿਕਸੀ ਗ੍ਰਾਇੰਡ ਵਿੱਚ ਕਰਕੇ ਤੜਕਾ ਬਣਾਇਆ ਸੀ ਉਹਨੂੰ ਐਡ ਕੀਤਾ ਹੈ ਗਾਈਜ਼। ਹੁਣ ਇਹਨੂੰ ਵੀ ਚੰਗੀ ਤਰ੍ਹਾਂ ਅਸੀਂ ਲਗਾਤਾਰ 2 ਮਿੰਟ ਤੱਕ ਭੁੰਨਣਾ ਹੈ। ਹੁਣ ਜਿਹੜਾ ਅਸੀਂ ਮਸਾਲਾ ਘਰ ਬਣਾ ਕੇ ਰੈਡੀ ਕੀਤਾ ਨਾ, ਉਹਨੂੰ ਲਾਸਟ ਵਿੱਚ ਅਸੀਂ ਐਡ ਕਰਨ ਜਾ ਰਹੇ ਹਾਂ। ਸੋ 1 ਟੇਬਲਸਪੂਨ ਇੱਥੇ ਅਸੀਂ ਮਸਾਲਾ ਐਡ ਕੀਤਾ ਅਤੇ ਉਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਗਾਈਜ਼। ਅਤੇ ਹੁਣ ਇਹਦੇ ਵਿੱਚ ਅਸੀਂ ਪਾਣੀ ਐਡ ਕਰਾਂਗੇ, ਥੋੜ੍ਹਾ ਥੋੜ੍ਹਾ ਕਰਕੇ ਪਾਣੀ ਐਡ ਕਰਾਂਗੇ ਜਦੋਂ ਸਾਡਾ ਮਸਾਲਾ ਭੁੰਨਿਆ ਜਾਏਗਾ। ਅਤੇ ਇਹਦੇ ਵਿੱਚ ਜਿਹੜੀ ਅਸੀਂ ਇਮਲੀ ਭਿਓ ਕੇ ਰੱਖੀ ਸੀ ਨਾ, ਉਹ ਵੀ ਸਾਰੀ ਐਡ ਕਰ ਦਈਏ। ਹੁਣ ਗਾਈਜ਼ ਅਸੀਂ ਇਹਦੇ ਵਿੱਚ 1 ਕੱਪ ਪਾਣੀ ਐਡ ਕਰਕੇ ਅਤੇ ਇਹਨੂੰ ਢੱਕ ਕੇ ਚੰਗੀ ਤਰ੍ਹਾਂ ਪਕਾਵਾਂਗੇ ਜਦੋਂ ਤੱਕ ਸਾਡਾ ਰਸਮ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ। ਸੋ ਇਹਨੂੰ ਅਸੀਂ 5-10 ਮਿੰਟ ਤੱਕ ਢੱਕ ਕੇ ਪਕਾਉਣਾ ਹੈ। ਸੋ ਤੁਸੀਂ ਦੇਖ ਸਕਦੇ ਹੋ ਸਾਡਾ ਰਸਮ ਇੱਥੇ ਬਿਲਕੁਲ ਚੰਗੀ ਤਰ੍ਹਾਂ ਬਣ ਚੁੱਕਿਆ ਔਰ ਕਿੰਨਾ ਸੋਹਣਾ ਕਲਰ ਆਇਆ ਉੱਤੋਂ। ਹੁਣ ਅਸੀਂ ਗਾਰਨਿਸ਼ ਕਰ ਦਿੰਦੇ ਹਾਂ ਧਨੀਏ ਦੇ ਪੱਤਿਆਂ ਦੇ ਨਾਲ। ਸੋ ਸਾਡਾ ਸਾਊਥ ਇੰਡੀਅਨ ਟਮੈਟੋ ਰਸਮ ਬਣ ਕੇ ਰੈਡੀ ਹੋ ਚੁੱਕਿਆ। ਤੁਸੀਂ ਦੇਖ ਸਕਦੇ ਹੋ ਗਾਈਜ਼ ਇੰਨਾ ਜ਼ਿਆਦਾ ਵੇਖਣ 'ਚ ਅੱਛਾ ਲੱਗ ਰਿਹਾ ਸੀ ਔਰ ਇਹਦੀ ਜਿਹੜੀ ਖੁਸ਼ਬੂ ਆ ਰਹੀ ਸੀ ਨਾ, ਉਹ ਖੁਸ਼ਬੂ ਦੇ ਨਾਲ ਹੀ ਮੂੰਹ ਦੇ ਵਿੱਚ ਪਾਣੀ ਇੰਨਾ ਆ ਰਿਹਾ ਸੀ ਕਿ ਇੰਨਾ ਜ਼ਿਆਦਾ ਸਵਾਦ ਲੱਗ ਰਿਹਾ ਸੀ।
ਬਹੁਤ ਜ਼ਿਆਦਾ ਸਵਾਦ ਬਣਿਆ ਸੀ ਜਦੋਂ ਅਸੀਂ ਖਾਧਾ ਇਹਨੂੰ, ਅਸੀਂ ਰਾਈਸ ਨਾਲ ਬਣਾ ਕੇ ਖਾਧਾ। ਤੁਸੀਂ ਚਾਹੋ ਤਾਂ ਇਡਲੀ ਨਾਲ, ਵੜਿਆਂ ਨਾਲ, ਜਿਹਦੇ ਮਰਜ਼ੀ ਨਾਲ ਸਰਵ ਕਰਕੇ ਖਾ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਸਾਡੀ ਪਲੇਟ ਕਿੰਨੀ ਜ਼ਿਆਦਾ ਅੱਛੀ ਲੱਗ ਰਹੀ ਹੈ। ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਨਾ ਗਾਈਸ, ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਸਬਸਕ੍ਰਾਈਬ ਕਰਿਓ, ਅਤੇ ਸਾਡੇ ਸਾਰੇ ਵਲੌਗ ਪਲੀਜ਼ ਜ਼ਰੂਰ ਵੇਖਿਆ ਕਰੋ, ਪੂਰੀ ਪੂਰੀ ਵਾਚਿੰਗ ਦਿਆ ਕਰੋ, ਔਰ ਸਾਨੂੰ ਕਮੈਂਟ ਕਰਕੇ ਦੱਸਿਆ ਕਿ ਨੈਕਸਟ ਵੀਡੀਓ ਅਸੀਂ ਕਿਹੜੀ ਬਣਾਈਏ। ਸੋ ਹੁਣ ਅਸੀਂ ਮਿਲਦੇ ਹਾਂ ਨੈਕਸਟ ਵਲੌਗ 'ਚ, ਬਾਏ।